ਮੈਂ ਮਾਮੀ ਤੇਰੇ ਵਿਹਲੀ ਬੈਠੀ ਲੱਗਣ ਰਹੀ ਆ, ਹੈ ਮਾਮੀ ਦਾ ਕਿਹਨੇ ਕਰਨਾ ਸੀ ਆਪਾਂ? ਨਾਨੀ ਕੀ ਕਰਦੀ ਤੇਰੀ? ਉਹਨੂੰ ਕੀ ਕਰ ਹਵੇਲੀ ਬੈਠੀ ਕੀ ਕਰਦੀ ਆ? ਕਈ ਜਿਹੜੇ ਦੇ ਵਾਲ ਇਹਦੇ ਦੇ ਜੁੰਡੇ ਵਧਾਏ ਆ। ਕੀ ਹੋਇਆ ਆਪ ਆਇਆ ਮਸਲ ਨਾ ਕਿ ਮੈਨੂੰ ਉਹਦੀ ਤੇਲ ਲਾ ਦੇ ਤੇ ਮੈਂ ਕੀ ਦੱਸਾਂ ਤੈਨੂੰ ਮੈਂ ਆ ਕਿਹਨੇ ਕਰਨਾ ਸੀ ਆਪਾਂ? ਹਾਏ ਅੱਗੇ ਸੇਰੇ ਵੇਟਾ ਔਖਾ ਸਿਰ ਨਵਾਇਆ, ਗੋੜੇ ਗੋੜੇ ਦੇ ਵਾਲਾਂ 'ਚ ਮੁਸ਼ਕ ਆਵੇ ਹੈ, ਕੁੜੀ ਨੂੰ ਚੱਜ ਦਾ ਸਿਰ ਵੀ ਨਹੀਂ ਨਵਾਉਂਦੀ ਮੈਨੂੰ ਲੱਗਦਾ। ਆਹੋ ਆਪ ਦਾ ਫੈਸ਼ਨ ਕਰਦੇ ਨੇ ਥੋੜਾ। ਅੱਜ ਵੇਖ ਅੱਜ ਵੇਖ ਕਿਤੇ ਕੱਲਾ ਕੱਲਾ ਵਾਲ ਹੋਏ ਤੇ ਵੇਖ ਸਿਰ ਨਿਖਰ ਆ, ਤੇ ਕਿਤੇ ਕੱਲ ਤੇਰੇ ਵਾਲਾਂ ਨੂੰ ਹੱਥ ਲਾਉਣ ਨੂੰ ਜੀ ਨਹੀਂ ਕਰਦੇ। ਆ ਠੀਕ ਤਾਂ ਕਿਨੇ ਤੈਨੂੰ 10 ਰੁਪਏ ਦੀ ਪੂਰੀ ਨਹੀਂ ਪੈਂਦੀ? ਇੰਨੀ ਤਾਂ ਕਿਤੇ ਗਰੀਬੀ ਹੈਗੀ, ਸੂਟ ਇਹ ਜਿਹੜੇ ਵਧੀਆ ਹੁੰਦੇ ਆ ਤੇ ਮੈਂ ਨਹੀਂ
दीदी हाँ एक काम करेंगे हाँ अल्लाह फोन से हमें बहुत बार गए तो अपनी मम्मी ने फोन करके साथ में दस ठीक है बच्चू तुम तेरी मम्मा का फोन नंबर देता हाँ तो फोन करना हेलो ठीक ਚਲੀ ਵਿੱਚ ਜਾਣਾ ਤੇ
ਨਹੀਂ ਸਮਝਦੀ ਮੈਂ ਤੇ ਬੰਦੇ ਦੀ ਅੱਖ ਹੋਏ ਇੱਕ ਦੱਸ ਦਿੰਦਾ ਵੀ ਕੀ ਕਿਹੜੇ ਮੂੰਹ ਬੋਲਣ ਡਿਆ ਆਹੋ ਜੇ ਮੈਂ ਤੁਹਾਡੇ ਪਿੱਛੇ ਲੱਗ ਜਾਂਦੀ ਤੇ ਅੱਜ ਆ ਤੇ ਨਾ ਮੈਂ ਕੁੜੀ ਕੀਤਾ ਕਿੰਨਾ ਤੇ ਤੇਰੇ ਕੋਲ ਕੰਮ ਕਰਾਉਂਦੇ ਨੇ ਆਣੀ ਨੂੰ ਕਿਦਾਂ ਉਹਨੇ ਫੋਨ ਕੀਤਾ ਚੋਰੀ ਛੇਤੀ ਨਹੀਂ ਚੱਲ ਤੂੰ ਉੱਠ ਤਾਂ ਚੱਲ ਛੇਤੀ ਨਾ ਕਹਿ ਜਾ ਫਿਰ ਮੈਂ ਤੁਹਾਡੇ ਕੱਪੜੇ ਕੱਢਦੀ ਹਾਂ ਛੇਤੀ ਆ ਜਾ ਨਾ ਕੇ ਆ ਪਾਲੋ ਸ਼ਰਟ ਨਾ ਕਹਿ ਦੇ ਹਾਂ ਪਾਲੋ ਸ਼ਰਟ ਮੈਂ ਇਹ ਨਹੀਂ ਸਵੇਰੇ ਚੱਲ ਜਾਂਦੇ ਨੇ ਰਾਹ ਹੋ ਗਿਆ ਉਹ ਨਹੀਂ ਨਹੀਂ ਤਾਂ ਉੱਠ ਤੂੰ ਲੈ ਗਈ ਇਹ ਕੀ ਅੰਦੋ ਕੀਤੇ ਰਹੇ ਚਲੋ ਫਿਰ ਛੇਤੀ ਚਲੋ ਫਿਰ ਨਹੀਂ ਨਹੀਂ ਕੌਣ ਮੈਂ ਟੀ ਪੜਾਉਣਾ ਨੂੰ ਪੜਾ ਜੋੜੇ ਸਾਰਾ ਪਿਆ ਜੇ ਇਹਨੂੰ ਕਹਿ ਦਾ ਤੇ ਫਿਰ ਕਹਿ ਦਿੰਦੀ ਪੰਮੋ ਤੂੰ ਤੇ ਨੀਰੀ ਲੜ ਮੈਨੂੰ ਆਉਂਦੀ ਕੰਮ ਇਹਦੇ ਦਾ ਕੋਈ ਸੁਰ ਸਵਾਦ ਨੀ ਮੈਨੂੰ ਆਉਂਦਾ ਇੰਨਾ ਭੈੜਾ ਕੰਮ ਖਚਿਆ ਕਰਦੀ ਦਵਾ ਦਵ ਕਰਕੇ ਨਾ ਰੱਖ ਦੇਦੀ ਜੋੜੇ ਦਾ ਹੁੰਦਾ ਵਾ ਇਹ ਨੀ ਵੀ ਬੰਦਾ ਜੇ ਉੱਤੇ ਘੱਟਾ ਪਿਆ ਹੀ ਗਿਆ ਨੇਰੀ ਦਾ ਥੋੜਾ ਬਾਅਦ ਆ ਤੇ ਤੂੰ ਉਹਨੂੰ ਦੋ ਬਾਹਾਂ ਲਾ ਲਾ ਹੈਂ ਨਿੱਕੀ ਕੰਮ ਕਿਹਦੇ ਆ ਇੱਕ ਅੱਧਾ ਕਰਨਾ ਪੈਂਦਾ ਕਿ ਗੜਬੜ ਲਾਈ ਤੂੰ ਘੰਟਾ ਆ ਗਿਆ ਮੈਂ ਤੇਰੀ ਗੱਲ ਸੁਣ ਗਈ ਇਹ ਕੰਮ ਦਾ ਤੇ ਮੈਨੂੰ ਕੋਈ ਸੁਰ ਸਵਾਦ ਨਹੀਂ ਕਿਉਂ ਮੇਰੇ ਕੰਮ ਨੂੰ ਕੀ ਸੂਲ ਹੋਇਆ ਇਸ ਕਿੰਨੇ ਕੱਪੜੇ ਧੋ ਕੇ ਟੰਗੇ ਉੱਤੇ ਕੱਟਾ ਜੇ ਮਾੜੀ ਜੀ ਵਾਹ ਬਣ ਗਈ ਹਨੇਰੀ ਆ ਹੀ ਗਈ ਤੇ ਤੂੰ ਇਦਾਂ ਦੋ ਬਾਹਾਂ ਲਾ ਲਾ ਕਿਤੇ ਬਾਹਾਂ ਲਾ ਕੇ ਚੱਲੀਆਂ ਵਾ ਹੈ ਜਾਣ ਜਾ ਆਪ ਪਏ ਲੀਨੇ ਤੇਰੇ ਮੈਂ ਤੇ ਚੰਗੇ ਭਲੇ ਜੋ ਫਿਰ ਨੱਕ ਤੇ ਗੁੱਸਾ ਤੇ ਇੰਨਾ ਹੁੰਦਾ ਗੁੱਸਾ ਨਹੀਂ ਤੇ ਚੰਗੇ ਭਲੇ ਕੰਮ ਨੂੰ ਤੂੰ ਇਦਾਂ ਲੋਕਾ ਟੋਕੀ ਕਰਦੀ ਗੁੱਸਾ ਨਹੀਂ ਆਉਣਾ ਇਹਨਾਂ ਦੋ ਪਟਾਕੇ ਮਾਰ ਕੇ ਨੀਰਾ ਚੜ ਜਾਂਦਾ ਵਾ ਮੇਰੀ ਸਾਲ ਜਿੱਦਾਂ ਦੀ ਕੁੜੀ ਆਈ ਹੈ ਨਾ ਉਹਨੂੰ ਤੇ ਤੂੰ ਕਹਿਣਾ ਹੀ ਕਹਿਣਾ ਉਹਦਾ ਗੁੱਸਾ ਵੀ ਤੂੰ ਮੇਰੇ ਤੇ ਕੱਢੀ ਜਾਣੀ ਹੈ ਕਦੀ ਮਾਮੀ ਰੋਟੀ ਕਦੀ ਮਾਮੀ ਪਾਣੀ 36 ਗਲਾਸ ਨਹੀਂ ਮੈਂ ਤੈਨੂੰ 20 ਵਾਰੀ ਆਖਿਆ ਵੀ ਗੁੱਸਾ ਤੇਨੂੰ ਕੁੜੀ ਤੇ ਤਾਂ ਕੱਢਦੀ ਤੂੰ ਮੇਰੇ ਤੇ ਮੈਂ ਤੇ ਗੱਲੇ ਸੁਣਿਆ ਕਰਦੀਆਂ ਵਾ ਜਦੋਂ ਬੋਲਦੀ ਤੂੰ ਮੈਨੂੰ ਪੁੱਠਾ ਬੋਲਦੀ ਇਹੋ ਹੀ ਆਪਾਂ ਚੰਗੀਆਂ ਭਲੀਆਂ ਰਹਿੰਦੀਆਂ ਹੁਣ ਤੂੰ ਮੇਰੇ ਗਾਲ ਪੈਂਦੀ ਰਹਿਨੀ ਉਹਦੀ ਮਾਂ ਨੂੰ ਕਰ ਛਾ ਫੋਨ ਉਹ ਲੈ ਜੇ ਆਣ ਕੇ ਇਹਨੂੰ ਮੈਂ ਕੁੱਤ ਪਟਾਉਣੀ ਇਹਨਾਂ ਕੋਲ ਜਾ ਫਿਰ ਮੇਰੇ ਤੇ ਕਹਿੰਦਾ ਗੁੱਸਾ ਕੱਢਦੀ ਰਹਿਨੀ ਹੁਣ ਕੀ ਕਰਾਂ ਗੁੱਸਾ ਤੇ ਆਉਂਦਾ ਹੀ ਆ ਹੁਣ ਜਦੋਂ ਆਖੇ ਨਹੀਂ ਲੱਗਦੀ ਭੋਰਾ ਨਹੀਂ ਕਿਤੇ ਜੇ ਕੁੱਕਾ ਰਾਤ ਰਾਤ ਤੂੰ ਸੁਣਾਉਂ ਤਾਂ ਉਹਨੂੰ ਵੀ ਕਿ ਮੇਰੇ ਨਾਲ ਤੂੰ ਗੱਲਾਂ ਕੀਤੀਆਂ ਮੈਨੂੰ ਮੈਂ ਦੱਸ ਕੀ ਕਰਾਂ ਮੈਂ ਆਪਣੇ ਨਿਆਣੇ ਨਹੀਂ ਪਾਉਣੇ ਹੁੰਦੇ ਉਹਨਾਂ ਨੂੰ ਮੈਂ ਧੱਕਾ ਦੇਦਾ ਨਾ ਨਹੀਂ ਸਵੇਰੇ ਕੁੜ ਕੁੜ ਉੱਠ ਕੇ ਕਰਦੀ ਪਤਾ ਕਿੰਨਾ ਕਰਦੀ ਉਹਨੇ ਮੇਰੀ ਪੂਰੀ ਬੇਇੱਜ਼ਤੀ ਕੀਤੀ ਸਵੇਰੇ ਆਂਦੀ ਜਿੱਡੀਆਂ ਤੁਸੀਂ ਜਿਹੜਾ ਤੁਸੀਂ ਬਦਮਾਸ਼ਰਾ ਇਦਾਂ ਆਂਦੀ ਉਹਦੀ ਨਾ ਉਹਨੇ ਕੀ ਆ ਵੀ ਆਪ ਅੰਦਰ ਬਿਟਾਂ ਤੇ ਚੜ ਕੇ ਪੈ ਰਹੀਆਂ ਤੇ ਮੇਰੀ ਧੀ ਦਾ ਵੀ ਹਿੱਸਾ ਹਿੱਸੇ ਆਂਦੀ ਆਂਦੀ ਯਾਰੀ ਕੋ ਚੱਲਣ ਮੈਂ ਹਿੱਸਾ ਹੁਣ ਤੇ ਤੂੰ ਦੇਣਾ ਪਹਿਲਾਂ ਦੇਣਾ ਪਹਿਲਾਂ ਇਹ ਸਿਆਣੇ ਇੱਥੇ ਤੇ ਜਾਣ ਖਾ ਲਈ ਆਹੋ ਨਹੀਂ ਕਰਕੇ ਦੇਣਾ ਪਹਿਲਾਂ ਵੀ ਸਹੀ ਦੇਣਾ ਤੂੰ ਤਾਂ ਮਰਜ਼ੀ ਅਸੀਂ ਤਾਂ ਆਪਣਾ ਗੁਜ਼ਾਰਾ ਕਰ ਲਾਂਗੇ ਤੂੰ ਦੇਣਾ ਹਿੱਸਾ ਕੁੜੀ ਨੂੰ ਸਾਰਾ ਕੁਝ ਹੀ ਕੁੜੀ ਨੂੰ ਚੁਕਾ ਦੇ ਚੱਲ ਆ ਇੰਨੇ ਕੇ ਰੱਖ ਤੇ ਮੈਂ ਵੀ ਉਹ ਫਿਰ ਤਾਂ ਆਖਣ ਦੀ ਮਾਰਾ ਜਾ ਗੁੱਸਾ ਮੈਂ ਉਹਨਾਂ ਬੁਲਾ ਹੁਣ ਕੜੀ ਕੇ ਮੈਨੂੰ ਬੜਾ ਗੁੱਸਾ ਆਈ ਜਾ ਚੱਲ ਜਾ ਇੱਥੋਂ ਚਾਹ ਨਾ ਦੋ ਬੜਾ ਮੋਟਾ ਚਾਹ ਜੀ ਨਹੀਂ ਕਰਦਾ ਦੋ ਤੈਨੂੰ ਕਿਹਾ ਕਿ ਉਹ ਦੋ ਚ ਪੱਤੀ ਪਾ ਲਈ ਤੂੰ ਹਾਂ ਮੈਂ ਮੰਗਾਇਆ
ਤੂੰ ਮੇਰਾ ਫੜਿਆ ਫੋਨ? ਮੈਂ ਤੇਰੇ ਫੋਨ ਨੂੰ ਕੀ ਕਰਨਾ, ਮੇਰਾ ਤਾਂ ਦੱਸਿਆ ਬੱਕਰ ਨਹੀਂ ਤਾਂ ਫੋਨ ਨੂੰ ਕਹਿੰਦੀ ਆ ਨੰਬਰ ਕਿਹਦਾ ਫਿਰ ਕਿਹੜਾ ਨੰਬਰ ਖਾ ਰਹੇ ਆ ਵੀ ਉੱਤੇ ਆਇਆ ਆ 5 ਵੱਜ ਗਏ ਫਿਰ ਕਿੰਨੇ ਮਿੰਟਾਂ ਦੇ ਉੱਤੇ ਫੋਨ ਲੱਗਾ ਲੱਗਾ ਆਇਆ ਨਹੀਂਗਾ ਆ ਬਣਾ ਆ ਹੁੰਦਾ ਮੈਂ ਤਾਂ ਨਹੀਂ ਤੇਰਾ ਦਿਮਾਗ ਭ੍ਰਿਸ਼ਟ ਹੋ ਗਿਆ ਵੀ ਮਾਂ ਦਾ ਹੀ ਜਿਹੜੀ ਛੱਡ ਕੇ ਗਈ ਉਹਨੂੰ ਹੈ ਪਰ ਮਾਂ ਦਾ ਇਹਨੀ ਤੇ 4 ਵੱਜ ਗਏ 5 ਮਿੰਟਾਂ ਦੀ ਗੱਲ ਹੋਈ ਹੈ ਕਿ ਨਹੀਂ ਕੀਤਾ ਫੋਨ ਮੇਰੇ ਫੋਨ ਦਾ ਆਇਆ ਨਹੀਂ ਆਪਣੇ ਫੋਨ ਤੋਂ ਮੈਂ ਸਬਜ਼ੀ ਨੀ ਤੋੜਨ ਗਈਆਂ ਹੁਣ ਪੈਸੇ ਆਪਾਂ ਜਾਪ ਨੀ ਫੜੀ ਫਿਰਦਾ ਹੱਥ ਚ ਕਿਤੇ ਚਤਰੀ ਚਤਰੀ ਦੇ ਬਥੇਰੀ ਕਿਤੇ ਮਾਂ ਦਾ ਫੋਨ ਤੇ ਨੀ ਲਾ ਰਿਹਾ ਸੱਚੀ ਕੇ ਆਉਣੀ ਆ ਤੂੰ ਮਾਨ ਜਾ ਫੋਨ ਕੀਤਾ ਵਾ ਕੇ ਨਹੀਂ ਕੀਤਾ ਮੇਰੇ ਢੇਰੀ ਪਈ ਮੈਂ ਬੜੀ ਲਿਆਉਣੀ ਇਹਨੇ ਮੰਨਣਾ ਇਹਨੇ ਦੱਸ ਤਾਂ ਲਿਆਉਣੀ ਮੈਂ ਲਿਆ ਲੈ ਕਾਲ ਵੱਟ ਕੇ ਲਿਆ ਫਿਰ ਕੀ ਕੁੜੀ ਆ ਗਈ ਇਹਨੇ ਮੈਨੂੰ ਕਢਾਊਗੀ ਕੰਜਰ ਜਾ ਕੇ ਬਹਿ ਜਾ ਕੇ ਉੱਧਰ ਗਈ ਫਿਰ ਉੱਥੇ ਹੀ ਨਾ ਆਉਗੀ ਇੰਨੀ ਉੱਧਰ ਹੀ ਖਾਂਦੇ ਤੈਨੂੰ ਏਡੇ ਦੀ ਤਸੀਹੇ ਦੇ ਤੇ ਹੀ ਏਡੀ ਕੀ ਤੈਨੂੰ ਗੋਲੀ ਮਾਰਤੀ ਸੀ ਵੀ ਮਾਂ ਨੂੰ ਚੁੱਪ ਫੋਨ ਲਾ ਪਾਈ ਲੈ ਆਏ ਨੀ ਹੁਣ ਤੂੰ ਮੁੰਡਾ ਭੂਏ ਬੜਾ ਚੜਾਇਆ ਚੱਲ ਚੱਲ ਕੇ ਤੈਨੂੰ ਮੁੰਡਾ ਬਣ ਕੇ ਬੈਠੀ ਚੱਲ ਚੱਲ ਕੇ ਕਰਤਾ ਜਿਹੜੇ ਤੂੰ ਰੰਗ ਲਾਉਣੀ ਉਹ ਤੂੰ ਲਾ ਦੀ ਚਿੰਤਾ ਲਾਤੀ ਨੀ ਮੈਂ ਦੱਸ ਕੀ ਕਰਾਂ ਹੁਣ ਕਿਹੜੇ ਤੇਰੇ ਗੁਆਂਢ ਕੇ ਲੜਦੇ ਤੈਨੂੰ ਓਦਾਂ ਹੀ ਲੱਗੀ ਜਾਂਦਾ ਹੁਣ ਆਪਾਂ ਡਰ ਚ ਪੈ ਗਿਆ ਵਾ ਪਾਣੀ ਲਿਆ ਪਾਣੀ ਮਾਰੇ ਸੀ ਕਿੰਨੇ ਮਾਰੇ ਸੀ
ਬੜੀ ਵਧੀਆ ਕਰਦੀ ਤੂੰ ਕੁੜੀ ਸਾਡੀ ਨਾਲ ਹਨਾ ਨਿਆਣੀਆਂ ਨੇ ਨਹੀਂ ਬਣਾਉਣੀ ਤਾਂ ਨਿਆਣੀਆਂ ਤੈਨੂੰ ਪਤਾ ਮੈਂ ਕੁੜੀ ਲੈ ਜਾਂਦੀ ਆਪਣੀ ਵੀਰ ਜੀ ਨਿਆਣੇ ਤੇ ਵੀ ਕੋਈ ਨਿਆਣੇ ਤੇ ਵੀ ਕੋਈ ਕੁੜੀ ਨਹੀਂ ਕਰਦਾ ਪਾਣੀ ਤੇ ਆ ਠੰਡੇ ਪਾਣੀ ਦੇ ਵਿੱਚ ਇੰਨੀ ਨਿਆਣੀ ਅੱਗੇ ਰੱਖ ਕੇ ਕੁੜੀ ਦੇ ਘਰ ਦੇ ਬੜੇ ਬੈਜ ਉਹ ਦੀਦੀ ਕਾਹਤੋਂ ਇੰਨਾ ਗੁੱਸਾ ਕਰੀ ਨੇ ਪਾਣੀ ਪਾ ਕੇ ਪਾਣੀ ਆ ਪਾਣੀ ਲਿਆ ਪਾਣੀ ਬਣ ਤੂੰ ਕੱਪੜੇ ਪਾ ਦੇ ਨਹੀਂ ਮੇਰੀ ਗੱਲ ਸੁਣ ਜੀ ਨਿਆਣਿਆਂ ਮਗਰ ਵੀ ਲੱਗੀ ਨਾ ਕੋਈ ਉਹ ਕਮਲ ਮਾਮ ਮਾਰਦੇ ਜੇ ਅਸੀਂ ਵੇਖ ਲਿਆ ਤੁਹਾਨੂੰ ਮੈਂ ਤਾਂ ਉਧਰ ਹੀ ਵੇਖਿਆ ਇਹਨੂੰ ਮੈਂ ਨਹੀਂ ਘੱਲਣੀ ਇਹ ਮਾਰ ਤੁਸੀਂ ਸਾਨੂੰ ਪੁੱਛੀ ਕੋਈ ਗੱਲ ਵੀ ਕੀ ਗੱਲ ਹੋਈ ਤੁਸੀਂ ਕੁੜੀ ਦੇ ਮਗਰ ਲਾ ਕੇ ਤੁਸੀਂ ਇੱਥੇ ਆ ਗਏ ਤੁਸੀਂ ਦੱਸ ਦਿਓ ਆਪਣੀ ਇਹਨਾਂ ਦੀ ਸੁਣ ਲਈਏ ਕੀ ਕਹਿੰਦੇ ਅਸੀਂ ਤੁਹਾਨੂੰ ਕੁਛ ਵੀ ਨਹੀਂ ਕਿਹਾ ਇੰਨਾ ਉਹ ਕਰੀਦਾ ਪਾਣੀ ਤਾਂ ਪੀਓ ਲੈ ਪਾਣੀ ਪੀ ਕੇ ਆਏ ਬਸ ਮਾਮੇ ਨੂੰ ਮਾਰਾਂ ਦੇ ਤੇ ਸਾਡੀ ਕੁਮਾਰੀ ਮੋਟੀ ਹੋ ਗਈ ਹੋਊਗੀ ਨਹੀਂ ਵੀਰ ਜੀ ਮੈਂ ਤੁਹਾਨੂੰ ਸਿਆਣੇ ਸਮਝੀ ਕੋਈ ਤਾਂ ਸਭ ਤੋਂ ਵੱਡੇ ਮੂਰਖ ਜੀ ਜਿਹੜੀ ਕੁੜੀ ਮਗਰ ਲੱਗ ਕੇ ਕੁੜੀ ਨੇ ਇੱਕ ਦਿਨ ਸਕੂਲ ਨਹੀਂ ਗਈ ਕਿੱਥੇ ਜਿਹੜੀ ਭਾਉ ਖਾ ਕੇ ਦਮਾ ਕੀ ਫਿਰ ਮੇਰ ਜਿਉ ਨੇ ਵੀ ਨਾਨੀ ਗਈ ਉਹ ਕਮਾਂਡੀਆਂ ਕਰਿਆ ਫਿਰ ਮੰਮੀ ਤੋਂ ਬੋਲ ਪੁੱਛਣਾ ਨਹੀਂ ਨਹੀਂ ਕਿਹਨੂੰ ਮਿਲਣਾ ਤੂੰ ਇਹ ਕਿਤਾਬਾਂ ਕੋ ਕੇ ਕੁੜੀ ਦੀਆਂ ਤਾਂ ਹਾਂ ਕਿਤੇ ਨਹੀਂ ਕਿਹਨੂੰ ਮਿਲਣਾ ਬਾਈ ਕੋਨੇ ਕਹਿ ਕਹੋ ਇਹਨੇ ਗਰਮੀ ਹੋ ਗਈ ਤੇ ਕੱਪੜੇ ਦੇਣੇ ਤੇ ਦੋ ਨਹੀਂ ਤੈਨੂੰ ਚਾਹੀਏ ਚੌਵੀ ਘੰਟੇ ਕੁੜੀ ਤੇ ਚੀਕਦੀ ਰਹਿੰਦੀ ਹੁੰਦੀ ਆ ਜੇ ਮੇਰੇ ਤੇ ਗੁੱਸਾ ਕੱਢ ਛੱਡਣਾ ਹੁਣ ਪੈ ਗਈ ਠੰਡ ਲੈ ਗਈ ਕੁੜੀ ਕੱਲਾ ਮੇਰੇ ਤੇ ਗਿਆਨ ਸੁੱਟੀ ਗਿਆ ਕਰਦੇ ਤਾਂ ਦੋਵੇਂ ਰਹੀਆਂ ਹੁਣ ਮੈਨੂੰ ਕੱਲੀ ਨੂੰ ਕਢਵਾ ਦੇ ਘਰੋਂ ਮੈਂ ਕਿੱਥੋਂ ਕਰਕੇ ਕਢਵਾਉਣਾ ਮੈਂ ਤਾਂ ਨਾਲੇ ਜਾਉਂਗੀ ਨਿਕਲੀ ਤਿੱਖੀ ਜਿੱਦੇ ਹੀ ਨਹਾਇਆ ਤਾਂ ਸੁੱਟ ਛੱਡੇ ਦੇ ਸਰਾਣੀ ਆਏ ਕਰਾ ਮੁੰਡੇ ਨੂੰ ਤੇ ਮੈਨੂੰ ਦੇਖ ਲੈਂਦੇ ਕਿੱਥੇ ਹੋ ਇਹਨੂੰ ਤਾਂ ਮੈਂ ਨਹੀਂ ਲਿਆ ਕਰ ਨਹੀਂ ਤੇ ਜੇ ਮੇਰੇ ਛੱਟ ਨਹੀਂ ਰੌਲਾ ਰੱਪਾ ਹੁਣ ਤਾਂ ਮੈਨੂੰ ਦੱਸ ਵੀ ਉਹਨਾਂ ਨੂੰ ਆਇਆਂ ਨੂੰ ਕੀ ਕਹਿਣਾ ਵਾ ਕੀ ਜਵਾਬ ਦੇਣਾ ਤਾਂ ਤੂੰ ਫਿਰ ਕੀ ਕਹਿਣਾ ਉਹਨਾਂ ਨੂੰ ਨਹੀਂ ਇਹ ਵੀ ਵੇਖੀ ਤੂੰ ਪੜਦਾ ਹੀ ਰੱਖ ਜਾ ਤੂੰ ਪ੍ਰਾਹਣੇ ਕੋ ਪੜਦਾ ਰੱਖ ਜੇ ਸਾਰੀ ਟੁੱਟ ਕੇ ਬਹਿ ਜੂਗੀ ਹਾਂ ਟੁੱਟ ਕੇ ਬਹਿ ਜੂ ਨਹੀਂ ਹੋਣੇ ਨੂੰ ਬਣੀ ਤੇ ਬੜੀ ਚੰਗੀ ਆ ਹੁਣ ਆਉਣ ਜੋਗੀ ਰਹਿ ਗਈ ਇੱਥੇ ਉਹ ਹੀ ਨਾ ਹੁਣ ਠੰਡ ਪੈ ਜੂਗੀ ਹੁਣ ਚੰਗਾ ਸਗੋਂ ਨਾਲੇ ਸਾਨੂੰ ਤੇ ਚੰਗਾ ਹੀ ਹੋਇਆ ਆਪਾਂ ਨੂੰ ਕਿਤੇ ਘਰੋਂ ਕੱਢ ਦੇਣ ਲੱਗੇ ਦੋ ਚਾਰ ਗੱਲਾਂ ਕਰਨਗੇ ਹੁਣ ਇਹ ਤੇ ਚੰਗਾ ਹੈ ਨਾ ਤੇ ਘਰ ਬਹਿ ਗਈ ਹੁਣ ਇੱਥੇ ਬਣ ਜੋਗੀ ਤਾਂ ਨਾ ਰਹਿ ਕੋ ਖਰਚਾ ਆ ਗਿਆ ਭੂੰ ਕਰਦੇ ਨੇ ਭਜਿਆ ਨਹੀਂ ਆਣਾ ਮਾੜਾ ਮੋਟਾ ਕਰਦਾ ਹੀ ਆ ਨਹੀਂ ਤੁਸੀਂ ਸਾਡੀ ਸੁਣੋ ਕੋ ਗੱਲਬਾਤ ਸੁਣੋ ਸੁਣਾਓ ਫੇਰ ਤੁਸੀਂ ਕੁੜੀ ਜੋ ਕੀ ਬੱਲੇ ਕਰਤੂਤ ਇਹਨਾਂ ਦੇ ਭੂੰ ਕਰਦੇ ਭਾਜਾ ਜਿਵੇਂ ਪਤਾ ਨਹੀਂ ਕੀ ਕਤਲ ਕੇਸ ਕਰਤਾ ਹੁੰਦਾ ਪਖੰਡ ਕਰਦੇ ਚੰਗਾ ਸਗੋਂ ਲੈ ਗਏ ਹਾਂ ਸਹੀ ਗੱਲ ਆ ਹਾਂ ਜੱਬ ਜੱਕ ਦੇ ਉਹ ਆਏ ਨੂੰ ਕਰਨਾ ਉਹਨੂੰ ਚੱਜ ਨਾ ਉਹਨੂੰ ਹੋਰ ਚਲ ਚਲ ਲੈ ਗਏ ਸਭ ਚੰਗਾ ਕੀ ਕਰ ਨਿਪੜਿਆ ਕੰਮ ਸਤਿ ਸ਼੍ਰੀ ਅਕਾਲ ਅੱਜ ਦੀ ਸਾਡੀ ਵੀਡੀਓ ਬਣਾਉਣ ਦਾ ਸਾਡਾ ਇਹੋ ਮਕਸਦ ਸੀ ਆਪ ਇੱਕ ਭੈਣ ਭਰਾ ਅਤੇ ਰਿਸ਼ਤੇਦਾਰੀ ਦੀ ਜੋ ਤੁਹਾਨੂੰ ਇਸ ਵੀਡੀਓ 'ਚ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭੈਣ ਭਰਾ ਰਿਸ਼ਤੇਦਾਰੀ ਕੋਈ ਆਸ ਉਮੀਦ 'ਤੇ ਹੀ ਕਿਸੇ ਕੋਲ ਆਉਂਦਾ ਉਹਨਾਂ ਨੂੰ ਇਹ ਹੁੰਦਾ ਵੀ ਚਲੋ ਸਾਡਾ ਕੋਈ ਆਪਣਾ ਹੈਗਾ ਭੈਣ ਭਰਾ ਉਹ ਸਾਂਭਣ ਵਾਲਾ ਭੈਣ ਭਰਾ ਹੀ ਭੈਣ ਭਰਾ ਦੇ ਕੰਮ ਆਉਂਦਾ ਜੇ ਕਿਸੇ ਨੂੰ ਉਮੀਦ ਹੁੰਦੀ ਫਿਰ ਹੀ ਆਪਣਾ ਭੈਣ ਭਰਾ ਛੱਡ ਕੇ ਜਾਂਦਾ ਸਾਨੂੰ ਇਵੇਂ ਕਿਸੇ ਨਾਲ ਨਹੀਂ ਕਰਨਾ ਚਾਹੀਦਾ ਕਿਸੇ ਦੀ ਮਜਬੂਰੀ ਅਤੇ ਕਿਸੇ ਦੀ ਗਰੀਬੀ ਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ
ਮਾਲਕ ਦੇ ਰੰਗ ਨੇ ਕੋਈ ਪਤਾ ਨਹੀਂ ਵਕਤ ਦੀ ਮਾਰ ਕਦੋਂ ਤੇ ਕਦੋਂ ਕਿਸੇ ਤੇ ਪੈ ਜੇ। ਇਸ ਕਰਕੇ ਕਦੀ ਵੀ ਕਿਸੇ ਨਾਲ ਈਰਖਾ ਨਾ ਕਰੋ, ਭੈਣ ਭਰਾ ਦਾ ਸਾਥ ਦਿਓ ਦੁੱਖ ਸੁੱਖ ਵਿੱਚ ਤੇ ਹਰ ਗਰੀਬੀ ਵਿੱਚ, ਸੁੱਖ 'ਚ ਵੀ ਤੇ ਦੁੱਖ 'ਚ ਵੀ, ਕਿਉਂਕਿ ਸਾਥ ਹੀ ਸਭ ਤੋਂ ਵੱਡੀ ਚੀਜ਼ ਹੈ। ਜੇ ਸਾਥ ਹੈ ਤਾਂ ਸਭ ਕੁਛ ਮਿਲ ਜਾਂਦਾ। ਹੋਰ ਸ਼ੇਅਰ ਕਰਨਾ ਚਾਹੁੰਦੇ ਹਾਂ, ਸਾਡਾ ਇੱਕ ਸੈਕਿੰਡ ਚੈਨਲ ਆ ਮਿਸਟਰ ਐਂਡ ਮਿਸਟਰ ਮੁਕਾਮ। ਇਸ ਚੈਨਲ 'ਤੇ ਵੀਡੀਓ ਆਪਾਂ ਉੱਥੇ ਵੀ ਬਲੌਗ ਬਣਾ ਕੇ ਪਾਉਂਦੇ ਹਾਂ ਜਾਂ ਆਪਾਂ ਪੰਜਾਬੀ ਨਾਟਕ ਬਣਾ ਕੇ ਪਾਉਂਦੇ ਹਾਂ। ਉੱਥੇ ਜਾ ਕੇ ਤੁਸੀਂ ਉਹ ਚੈਨਲ ਨੂੰ ਵੀ ਸਬਸਕ੍ਰਾਈਬ ਐਂਡ ਲਾਈਕ ਐਂਡ ਸ਼ੇਅਰ ਕਰੋ ਗਾਈਸ। ਆਪਣਾ ਸੈਕਿੰਡ ਚੈਨਲ ਆ ਮਿਸਟਰ ਐਂਡ ਮਿਸਟਰ ਮੁਕਾਮ। ਇਹਦੇ 'ਚ ਤੁਹਾਨੂੰ ਅਸੀਂ ਲਿੰਕ ਵੀ ਥੱਲੇ ਸ਼ੋਅ ਕਰਾਂਗੇ, ਜੋ ਤੁਸੀਂ ਲਿੰਕ 'ਤੇ ਸਰਚ ਮਾਰ ਕੇ ਤੁਸੀਂ ਇਹਨੂੰ ਵੇਖ ਸਕਦੇ ਹੋ। ਜਿਵੇਂ ਸਾਨੂੰ ਪਿਆਰ ਕਰਦੇ ਹੋ ਇਸ ਚੈਨਲ ਨੂੰ ਵੀ, ਜੇ ਤੁਹਾਨੂੰ ਵਧੀਆ ਲੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ, ਮੋਟੀਵੇਟ ਕਰਿਓ, ਇਹਨਾਂ ਹੌਸਲਾ ਵਧਾਈ ਸਾਡੀ ਕਰਿਓ, ਬੱਚਾ ਇਹਨਾਂ ਦਾ ਚੈਨਲ ਵੀ ਸਾਡਾ ਇਹ ਵੀ ਚੱਲੇ। ਧੰਨਵਾਦ।